The impact of corona pandemic can be seen on festivals also now. Rakhdi jehda tyohar hai August de mahine ch aunda hai. Ede vich brothers sisters intercity interstate te abroad jande hun specially ik dusre nu milan ik dusre naal e festival celebrate karan. But due to corona the situation is very doubtful ki hun e tyohar kiven manaya jaye. ਕਿਵੇਂ ਹੀ ਰੱਖੜੀਆਂ ਭੇਜੀ ਜਾਣ ਬਿਕੋਜ਼ ਇੰਟਰਨੈਸ਼ਨਲ ਫਲਾਈਟਸ ਪੂਰੀਆਂ ਨਹੀਂ ਚੱਲ ਰਹੀਆਂ ਨੇ ਕਿਵੇਂ ਹੀ ਇਹ ਰੱਖੜੀਆਂ ਪਹੁੰਚਾਈ ਜਾਣ ਇਸ ਕਰਕੇ ਕੁਛ ਇੰਡੀਆ ਵਿੱਚ ਪੋਸਟ ਆਫਿਸਿਸ ਨੇ ਸਪੈਸ਼ਲ ਅਰੇਂਜਮੈਂਟਸ ਕੀਤੇ ਹਨ ਕਿ ਜਿਨ੍ਹਾਂ ਨੇ ਰੱਖੜੀ ਭੇਜੀ ਹੈ ਉਹਨਾਂ ਦੀ ਰੱਖੜੀ ਟਾਈਮ ਨਾਲ ਪਹੁੰਚੇਗੀ ਜਾਂ ਪਾਵਾਂਗੇ ਤਾਂ ਇੱਕ ਦੂਸਰੇ ਦਾ ਇਹ ਬੌਂਡ ਜਿਹੜਾ ਸ਼ੇਅਰ ਕਰਦੇ ਹੈ ਭੈਣ ਭਰਾ ਇਹ ਬਣਿਆ ਰਹੇ ਕਿਉਂਕਿ ਰੱਖੜੀਆਂ ਨਾਲ ਇਮੋਸ਼ਨਸ ਵੀ ਜੁੜੇ ਹੁੰਦੇ ਹਨ ਲੁਧਿਆਣਾ ਡਾਕਖਾਨੇ ਦੇ ਸੁਪਰਡੈਂਡੈਂਟ ਨਰਿੰਦਰ ਸਿੰਘ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਉਹਨਾਂ ਵੱਲੋਂ ਹਮੇਸ਼ਾ ਹੀ ਵਿਸ਼ੇਸ਼ ਪ੍ਰਬੰਧ ਕਰਵਾਏ ਜਾਂਦੇ ਨੇ ਰੱਖੜੀਆਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੇ ਪਤੇ ਤੱਕ ਪਹੁੰਚਾਉਣ ਦੀ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਵਿਸ਼ੇਸ਼ ਤਰ੍ਹਾਂ ਦੇ ਲਿਫਾਫੇ ਵੀ ਤਿਆਰ ਕਰਵਾਏ ਜਾਂਦੇ ਨੇ ਤਾਂ ਕਿ ਬਿਨਾਂ ਕਿਸੇ ਡੈਮੇਜ ਤੋਂ ਅਤੇ ਬਿਨਾਂ ਖਰਾਬ ਹੋਏ ਰੱਖੜੀਆਂ ਆਪਣੇ ਸਹੀ ਪਤੇ 'ਤੇ ਪਹੁੰਚ ਸਕਣ ਕਿਉਂਕਿ ਰੱਖੜੀਆਂ ਨਾਲ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਨੇ ਨਰਿੰਦਰ ਸਿੰਘ ਮੈਂ ਸੁਪਰਡੈਂਟ ਪੋਸਟ ਆਫਿਸ ਲੁਧਿਆਣਾ ਮੁਫਸਲ ਕੰਮ ਕਰ ਰਿਹਾ ਸਾਡੇ ਇਸ ਤਰ੍ਹਾਂ ਹੈ ਕਿ ਵੀ ਹਰ ਸਾਲ ਦੀ ਤਰ੍ਹਾਂ ਤੇ ਰੱਖੜੀ ਵਾਸਤੇ ਸਪੈਸ਼ਲ ਅਰੇਂਜਮੈਂਟ ਕਰਨੇ ਪੈਂਦੇ ਆ ਸਾਨੂੰ ਜਿਹੜੀ ਡਾਕ ਦੀ ਟਰਾਂਸਮਿਸ਼ਨ ਵਾਸਤੇ ਸਾਡਾ ਇੱਕ RMS ਰੇਲਵੇ ਮੇਲ ਸਰਵਿਸ ਵਿੰਗ ਹੈ ਉਹ ਇਹਨਾਂ ਰੱਖੜੀਆਂ ਜਿੰਨੀਆਂ ਵੀ ਰੱਖੜੀਆਂ ਸਾਡੀਆਂ ਬੁੱਕ ਹੁੰਦੀਆਂ ਉਹ ਸਾਰੀਆਂ ਜਿਹੜੀਆਂ ਇਸ RMS ਦੇ ਥਰੂ ਟਰਾਂਸਮਿਟ ਹੋ ਕੇ ਫਰਦਰ ਜਿਹੜੀ ਆ ਉਹ ਅੱਗੇ ਆਪਣੇ ਡੈਸਟੀਨੇਸ਼ਨ 'ਤੇ ਜਾਂਦੀਆਂ ਔਰ ਜਿੰਨੀ ਜਗ੍ਹਾ 'ਤੇ ਇੰਡੀਅਨ ਫਲਾਈਟਸ ਅਵੇਲੇਬਲ ਨੇ ਉਹ ਸਾਰੇ ਡੈਸਟੀਨੇਸ਼ਨ 'ਤੇ ਅਸੀਂ ਰੱਖੜੀ ਬੁੱਕ ਕਰਕੇ ਰੱਖੜੀ ਭੇਜ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਵੀ ਜ਼ਿਆਦਾ ਨਹੀਂ ਅਗਰ ਪਹਿਲਾਂ ਅਗਰ ਹਫ਼ਤੇ ਜਾਂ ਦੋ ਹਫ਼ਤੇ 'ਚ ਪਹੁੰਚਦੀ ਸੀ ਤਾਂ ਹੁਣ ਵੱਧ ਤੋਂ ਵੱਧ 3 ਹਫ਼ਤੇ 'ਚ ਪਹੁੰਚੇਗੀ ਲੇਕਿਨ ਜਿਹੜੀ ਆ ਉਹਦੀ ਜਿਹੜੀ ਅਸੀਂ ਸੁਨਿਸ਼ਚਿਤ ਬਣਾਉਣ ਵਾਸਤੇ ਡਿਲੀਵਰੀ ਅਸੀਂ ਆਪਣੇ ਏਅਰਲਾਈਨਸ ਨਾਲ ਵੀ ਟਾਈਅਪ ਰੱਖਿਆ ਔਰ ਅਸੀਂ ਜਿਹੜਾ ਟਰਾਂਸਮਿਸ਼ਨ ਜਿਹੜੀ ਆ ਉਹਦੇ ਉੱਤੇ ਅਸੀਂ ਸਪੈਸ਼ਲ ਧਿਆਨ ਰੱਖਦੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਤਰ੍ਹਾਂ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਕਿਉਂਕਿ ਰੱਖਣੀ ਹੈ ਇੱਕ ਭਾਵਨਾ ਨਾਲ ਜੁੜਿਆ ਹੋਇਆ ਇੱਕ ਲੋਕਾਂ ਦੇ ਅੰਦਰ ਉਹਦੇ ਕਰਕੇ ਪ੍ਰੈਫਰੈਂਸ ਜਦੋਂ ਵੀ ਰੱਖੜੀ ਦਾ ਸੀਜ਼ਨ ਆਉਂਦਾ ਹੈ ਤਾਂ ਉਹ ਐਡਵਾਂਸ ਦੇ ਵਿੱਚ ਡਿਪਾਰਟਮੈਂਟ ਵੱਲੋਂ ਪੂਰੇ ਇੰਡੀਆ ਦੇ ਵਿੱਚ ਹਰੇਕ ਜਗ੍ਹਾ 'ਤੇ ਜਿੱਥੇ ਜਿੱਥੇ ਵੀ ਉਹ ਬੁੱਕ ਹੋਣੀ ਹੈ ਸਭ ਜਗ੍ਹਾ 'ਤੇ ਸਪੈਸ਼ਲ ਇੰਸਟਰਕਸ਼ਨਸ ਐਡਵਾਂਸਡ ਜਾਰੀ ਹੋ ਜਾਂਦੀਆਂ ਕਿਉਂਕਿ ਤੁਸੀਂ ਜਿਹੜੀ ਆ ਬਾਕੀ ਡਾਕ ਨੂੰ ਵੀ ਕਰਨਾ ਚਲੋ ਜਿਸ ਤਰ੍ਹਾਂ ਕਰਨਾ ਲੇਕਿਨ ਜਿਹੜਾ ਪ੍ਰੈਫਰੈਂਸ ਹੈਗਾ ਉਹ ਰੱਖੜੀਆਂ ਨੂੰ ਦੇ ਕੇ ਉਹਨਾਂ ਨੂੰ ਤਰਜੀਹ ਦੇ ਕੇ ਤੁਸੀਂ ਆਪਣੇ ਡੈਸਟੀਨੇਸ਼ਨ 'ਤੇ ਬਾਕੀ ਡਾਕ ਨਾਲੋਂ ਪਹਿਲਾਂ ਪਹੁੰਚਾਉਣ ਦੀ ਕੋਸ਼ਿਸ਼ ਕਰੋ ਸਰ ਕੁਝ ਇੱਦਾਂ ਦੇ ਵੀ ਮੁਲਕ ਹੈਗੇ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਖੋਲਿਆ ਜਾਂ ਹਜੇ ਉੱਥੇ ਹਜੇ ਨਹੀਂ ਜਾ ਰਹੀਆਂ ਡਾਕ ਵਗੈਰਾ ਐਸਾ ਜਿਹੜਾ ਨਾ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਜਾਂ ਫਿਰ ਐਕਸਟਰਨਲ ਅਫੇਅਰਸ ਹੈ ਉਹ ਉਹਨਾਂ ਦੇ ਉੱਥੇ ਡਿਪੈਂਡ ਕਰਦਾ ਹੈ ਕਿ ਉਹ ਕਿਹੜੇ ਕਿਹੜੇ ਦੇਸ਼ਾਂ ਵਾਸਤੇ ਆਪਣੀ ਫਲਾਈਟ ਚਲਾ ਰਹੀਆਂ ਨੇ ਜੋ ਜੋ ਦੇਸ਼ਾਂ ਵਾਸਤੇ ਫਲਾਈਟ ਚੱਲ ਰਹੀਆਂ ਉਹਨਾਂ ਉਹਨਾਂ ਦੇਸ਼ਾਂ ਵਾਸਤੇ ਸਾਡੀ ਜਿਹੜੀ ਆ ਉਹ ਰੱਖੜੀ ਪਹੁੰਚੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ 에ਅਰ ਇੰਡੀਆ ਨਾਲ ਟਾਈਅਪ ਕੀਤਾ ਗਿਆ ਹੈ ਤੇ ਜਿਹੜੇ ਦੇਸ਼ ਇੰਟਰਨੈਸ਼ਨਲ ਫਲਾਈਟਸ ਪਰਮਿਟ ਕਰ ਰਹੇ ਹਨ ਉਹਨਾਂ ਵਿੱਚ ਰੱਖੜੀਆਂ ਭੇਜੀਆਂ ਜਾਣਗੀਆਂ ਭਾਵੇਂ ਦੇਰ ਹੀ ਸਹੀ ਪਰ ਰੱਖੜੀਆਂ ਪਹੁੰਚਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ